ਚੰਡੀਗੜ੍ਹ ਦੇ ਵਪਾਰੀ ਏਕਤਾ ਮੰਚ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੀ ਮੰਗਾਂ ਨੂੰ ਲੈ ਕੇ। ਅੱਜ ਜਿਹੜਾ ਵਪਾਰੀ ਵਰਗ ਹੈ ਉਹ ਅੱਜ ਇਕੱਠ ਹੋਇਆ ਸੀਗਾ ਟ੍ਰਿਬਿਊਨ ਚੌਂਕ ਦੇ ਨਾਲ, ਬਿਲਕੁਲ ਇਕੱਠ ਹੋ ਕੇ ਕਾਫੀ ਲੰਬੇ ਸਮੇਂ ਤੋਂ ਆਪਣੀ ਡਿਮਾਂਡਸ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਹਾਲਾਂਕਿ ਇਹਨਾਂ ਵੱਲੋਂ ਕੱਲ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ, ਭੀਖ ਮੰਗੀ ਗਈ ਸੀ ਤੇ ਅੱਜ ਆਪਣੀ ਫੈਕਟਰੀ ਦੀ ਜਿਹੜੀ ਚਾਬੀ ਹੈ ਉਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਅਧਿਕਾਰੀਆਂ ਦੇ ਨੂੰ ਦੇਣ ਜਾ ਰਹੇ ਸੀ। ਹਾਲਾਂਕਿ ਹੁਣ ADC ਪਹੁੰਚੇ ਹੋਏ ਨੇ, ਪੋਲੀਟੀਕਲ ਪਾਰਟੀ ਵੀ ਇੱਥੇ ਪਹੁੰਚੀ ਹੋਈ ਹੈ ਔਰ ਪੁਲਿਸ ਵੱਲੋਂ ਵੀ ਪੂਰੇ ਇੰਤਜ਼ਾਮ ਕੀਤੇ ਹੋਏ ਨੇ, ਅੱਗੇ ਬੈਰੀਕੇਡਿੰਗ ਕੀਤੀ ਹੋਈ ਹੈ। ਸਾਡੇ ਨਾਲ ਜਿਹੜੇ ਵਪਾਰੀ ਏਕਤਾ ਮੰਚ ਦੇ ਪ੍ਰਧਾਨ ਨੇ ਉਹ ਵੀ ਸਾਡੇ ਨਾਲ ਜੁੜੇ ਨੇ। ਅਸ਼ੋਕ ਤਿਵਾਰੀ ਜੀ, ਕਿਉਂਕਿ ਲਗਾਤਾਰ ਤੁਹਾਡੀ ਡਿਮਾਂਡਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ ਕਈ ਚੀਜ਼ਾਂ ਨੂੰ ਲੈ ਕੇ, ਲੇਕਿਨ ਕਿਸੇ ਤਰ੍ਹਾਂ ਦਾ ਕੋਈ ਸੋਲੂਸ਼ਨ ਹੋਇਆ? ਕੋਈ ਸੋਲੂਸ਼ਨ ਨਹੀਂ ਹੋਇਆ। ਅੱਜ ADC ਸਾਹਿਬ ਆਏ ਆ, ਉਹਨਾਂ ਨੇ ਕਹੀ ਕਿ ਮੇਰੀ ਗਵਰਨਰ ਸਾਹਿਬ ਨਾਲ ਗੱਲ ਹੋਈ ਹੈ, ਉਹਨਾਂ ਨੇ ਮੈਨੂੰ ਭੇਜਿਆ। ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਜੋ ਸਾਡਾ ਮੈਮੋਰੈਂਡਮ ਹੈ ਆਲਰੇਡੀ DC ਸਾਹਿਬ ਕੋਲ ਗਿਆ। ਅੱਜ ਪਾਰਟੀ ਤੋਂ ਉੱਪਰ ਉੱਠ ਕੇ ਮਲਹੋਤਰਾ ਸਾਹਿਬ BJP ਦੇ ਤੇ ਕਾਂਗਰਸ ਕੇ ਲੱਕੀ ਜੀ ਆਏ ਆ, ਇਹਨਾਂ ਨੇ ਵੀ ਕਿਹਾ ਸੀ ਤੁਹਾਡੇ ਨਾਲ ਧਰਨਾ ਲਈ ਤਿਆਰ ਆ, ਲੇਕਿਨ ਜਦ ADC ਸਾਹਿਬ ਆ ਗਏ ਉਹਨਾਂ ਦੀ ਜਿਹੜੀ ਮੰਗ ਹੈ ਅਸੀਂ ਉਹ ਮੰਗ ਰੱਖੀ ਆ। ਉਹ ਕਹਿੰਦੇ ਤੁਹਾਡੀ ਮੀਟਿੰਗ ਕਰਾ, ਜੇ ਕੱਲ ਅਗਰ ਵਪਾਰੀਆਂ ਦੀ ਮੀਟਿੰਗ ਨਹੀਂ ਕਰਾਣਗੇ, ਮੀਟਿੰਗ ਦਾ ਆਸ਼ਵਾਸਨ ਦਿੱਤਾ, ਜੇ ਅਗਰ ਕੱਲ ਮੀਟਿੰਗ ਨਹੀਂ ਕਰਾਣਗੇ ਅਸੀਂ ਫਿਰ ਪਰਸੋਂ ਧਰਨਾ ਫਿਰ ਜਾਰੀ ਰੱਖਾਂਗੇ। ਅੱਜ ਤੁਹਾਡੀ ਕੀ ਗੱਲਬਾਤ ਹੋਈ ਹੈ? ਤੁਹਾਡੀ ਆਪਣੀ ਮੰਗਾਂ ਸੀ ਕਨਵਰਸ਼ਨ ਪਾਲਿਸੀ ਨੂੰ ਲੈ ਕੇ, ਹੋਰ ਵੀ ਨੋਟਿਸ ਜਿਹੜੇ ਆ ਰਹੇ ਨੇ ਉਹਨਾਂ ਨੂੰ ਲੈ ਕੇ, ਕਈ ਚੀਜ਼ਾਂ ਤੇ ਕੋਈ ਗੱਲਬਾਤ ਹੋਈ ਹੈ ਐਡਵਾਈਜ਼ਰ ਸਾਹਿਬ ਨਾਲ, ਜਾਂ ਕਿਉਂਕਿ ਤੁਸੀਂ ਪਹਿਲਾਂ ਵੀ ਧਰਨਾ ਪ੍ਰਦਰਸ਼ਨ ਕੀਤਾ? ਸਾਡੀ ਜਿਹੜੀ ਗੱਲ ਲਗਾਤਾਰ ਹੁੰਦੀ ਰਹੀ ਹੈ, ਐਡਵਾਈਜ਼ਰ ਸਾਹਿਬ ਨਾਲ ਗੱਲ ਹੁੰਦੀ ਰਹੀ, 4 ਦਿਨ ਪਹਿਲੇ ADC ਸਾਹਿਬ ਨਾਲ ਵੀ ਹੋਈ, ਉਹਨਾਂ ਨੇ ਹੱਥ ਖੜੇ ਕਰ ਦਿੱਤੇ ਕਿ ਸਾਡੇ ਵਾਸਤੇ ਕੁਝ ਨਹੀਂ, MHA ਜਾਓ ਜਾਂ ਗਵਰਨਰ ਸਾਹਿਬ ਕੋਲ ਜਾਓ। ਜਦ ਅਸੀਂ ਗਵਰਨਰ ਸਾਹਿਬ ਨੂੰ ਮੇਲ ਕੀਤੀ, ਗਵਰਨਰ ਸਾਹਿਬ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ। ਅੱਜ ਗਵਰਨਰ ਸਾਹਿਬ ਨੂੰ ਲੱਗਿਆ ਕਿ ਵਪਾਰੀ ਧਰਨਾ 'ਚ ਆ ਗਿਆ। ਅਸੀਂ ਕੇਂਦਰ ਸਰਕਾਰ ਨੂੰ, ਗ੍ਰਹਿ ਮੰਤਰਾਲੇ ਨੂੰ ਇਹ ਦੱਸਣਾ ਚਾਹੁੰਦੇ ਹਾਂ, ਅਸੀਂ ਸਰਕਾਰ ਬਣਾਉਣਾ ਚਾਹੁੰਦੇ ਹਾਂ, ਸਰਕਾਰ ਨੂੰ ਗਿਰਾਉਣਾ ਵੀ ਜਾਣਦਾ, ਸਰਕਾਰ ਨੂੰ ਖਾੜਾ ਵੀ ਜਾਣਦੇ ਹਾਂ। ਵਪਾਰੀ ਝੁਕੇਗਾ ਨਹੀਂ ਔਰ ਗਿਰੇਗਾ ਨਹੀਂ ਔਰ ਪਿੱਛੇ ਨਹੀਂ ਹਟੇਗਾ ਜੀ। ਅੱਜ ਪੂਰਾ ਮੁਕੰਮਲ ਤੌਰ ਤੇ ਬੰਦ ਕੀਤੀ ਹੋਈ ਇੰਡਸਟਰੀ, ਪੂਰੀ ਇੰਡਸਟਰੀ ਅੱਜ ਬੰਦ ਹੈ, ਫੇਸ ਟੂ ਫੇਸ ਹੁਣ ਬਿਲਕੁਲ ਬੰਦ ਹੈ। ਪ੍ਰਸ਼ਾਸਨ ਨੂੰ ਅੱਜ ਆਵਾਜ਼ ਪਹੁੰਚੀ ਹੈ, ਕੇਂਦਰ ਸਰਕਾਰ ਤੱਕ ਪਹੁੰਚੀ ਹੈ, ਦੇਸ਼ਾਂ ਵਿਦੇਸ਼ਾਂ ਦੇ ਬੈਠੇ ਹੋਏ ਲੋਕ ਜਿਹੜੇ ਹੈ ਉਹ ਵੀ ਇਹ ਦੇਖ ਰਹੇ ਕਿ ਵਪਾਰੀ ਧਰਨੇ 'ਚ ਪਹੁੰਚ ਗਿਆ। ਇਸ ਕਰਕੇ ਜਿਹੜਾ ਅੱਜ ADC ਸਾਹਿਬ ਆਏ ਆ, ਜੇ ਮੰਗ ਨਹੀਂ ਮੰਨੀ ਜਾਣਗੀ ਅਸੀਂ ਦੁਬਾਰਾ ਧਰਨੇ 'ਚ ਬੈਠਾਂਗੇ। ਬਿਲਕੁਲ, ਜਿਹੜਾ ਅਸ਼ੋਕ ਤਿਵਾਰੀ ਵੱਲੋਂ ਕਿਹਾ ਗਿਆ ਹੈ ਕਿ ਪੂਰਾ ਜਿਹੜਾ ਧਰਨਾ ਪ੍ਰਦਰਸ਼ਨ ਸਾਡਾ ਕੀਤਾ ਜਾ ਰਿਹਾ ਤੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਕਿ ਪੂਰਾ ਇੱਕ, ਹਾਲਾਂਕਿ ਪੁਲਿਸ ਵੱਲੋਂ ਵੀ ਅਰੇਂਜਮੈਂਟ ਕੀਤੇ ਗਏ ਨੇ, ਲੇਕਿਨ ਦੂਜੇ ਪਾਸੇ ਜਿਹੜੀ ਪੋਲੀਟੀਕਲ ਪਾਰਟੀਜ਼ ਹੈ ਉਹ ਵੀ ਇੱਥੇ ਪਹੁੰਚੀ ਹੋਈ ਨੇ। ਚੰਡੀਗੜ੍ਹ ਦੇ BJP ਦੇ ਪ੍ਰਧਾਨ ਜਤਿੰਦਰ ਮਲਹੋਤਰਾ ਪਹੁੰਚੇ ਹੋਏ ਨੇ, ਚੰਡੀਗੜ੍ਹ ਦੇ ਕਾਂਗਰਸ ਦੇ ਪ੍ਰਧਾਨ HS ਲੱਕੀ ਉਹ ਵੀ ਇੱਥੇ ਪਹੁੰਚੇ ਹੋਏ ਨੇ। ਇਹਦੇ ਨਾਲ ਨਾਲ ਜਿਹੜੇ ਕਾਉਂਸਲਰਸ ਨੇ ਜਿਹੜੇ ਆਮ ਆਦਮੀ ਪਾਰਟੀ ਹੋਏ ਆ ਦੂਜੇ, ਉਹ ਵੀ ਇੱਥੇ ਪਹੁੰਚੇ ਹੋਏ ਨੇ। ਕਹਿ ਸਕਦੇ ਹਾਂ ਕਿ ਪੁਲਿਸ ਲਗਾਤਾਰ ਜਿਹੜੇ ਇੱਥੇ ਕਹਿ ਸਕਦੇ ਹਾਂ ਕਿ ਪੂਰੀ ਇਹਨਾਂ ਦੀ ਮੀਟਿੰਗ ਜਿਹੜੀ ਹੈ ਉਹ ਕਰਾਈ ਗਈ ਹੈ। ADC ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਸੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ, ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਪੁਲਿਸ ਦੇ ਨਾਲ ਇੱਥੇ ਗੱਲਬਾਤ ਕੀਤੀ ਗਈ ਹੈ, ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ। ADC ਚੰਡੀਗੜ੍ਹ ਉਹ ਵੀ ਸਾਡੇ ਨਾਲ ਪਹੁੰਚੇ ਨੇ। ਪੱਟੀ ਸਰ, ਅੱਜ ਇੱਥੇ ਪਹੁੰਚੇ ਹੋਏ, ਕੁਝ ਕਹੋਗੇ ਸਰ? ਕੋਈ ਗੱਲਬਾਤ ਹੋਈ ਤੁਹਾਡੀ? ਤੇ ਹਾਲਾਂਕਿ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਦੇ ਨਹੀਂ ਨਜ਼ਰ ਆ ਰਹੇ, ਲੇਕਿਨ ਪੁਲਿਸ ਵੱਲੋਂ ਪੁਖਤਾ ਜਿਹੜੇ ਇੱਥੇ ਇੰਤਜ਼ਾਮ ਜਿਹੜੇ ਉਹ ਕੀਤੇ ਹੋਏ ਨੇ, ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ, ਪੁਲਿਸ ਦੇ ਇੱਥੇ ਪੂਰੇ ਅਰੇਂਜਮੈਂਟਸ ਨੇ, ਜੇ ਅਸੀਂ ਗੱਲ ਕਰੀਏ ਪੂਰੀ ਬੈਰੀਕੇਡਿੰਗ ਜਿਹੜੀ ਉਹ ਕੀਤੀ ਹੋਈ ਹੈ ਔਰ ਪੁਲਿਸ, ਕਿਉਂਕਿ ਅੱਗੇ ਇਹਨਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ, ਬਹੁਤ ਹੀ ਕਲੀਅਰ ਜਿਹੜਾ ਉਹ ਕੀਤਾ ਗਿਆ ਕਿ ਅੱਗੇ ਇਹਨਾਂ ਨੂੰ ਨਹੀਂ ਜਾਣ ਦਿੱਤਾ ਜਾਏਗਾ, ਇਸ ਕਰਕੇ ਪੁਲਿਸ ਦੀ ਜਿਹੜੇ ਬੈਰੀਕੇਟਿੰਗਸ ਹੈ ਉਹ ਵੀ ਲਾਏ ਗਏ ਨੇ। ਯਾਨੀ ਕਿ ਪੁਲਿਸ ਦੇ ਜਿਹੜੇ ਬੈਰੀਕੇਟਿੰਗਸ ਹੈ ਔਰ ਪੁਲਿਸ ਇੱਥੇ ਪੂਰਾ ਜਿਹੜਾ ਹੈਗਾ ਉਹ ਕਰਕੇ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਪੁਲਿਸ ਵੱਲੋਂ ਪਹਿਲਾਂ ਵੀ ਇਹਨਾਂ ਦੀ ਮੀਟਿੰਗ ਹੋਈ ਸੀ, ਉਸ ਤੋਂ ਬਾਅਦ ਹੁਣ ਇਹ ਪੂਰਾ ਟ੍ਰਿਬਿਊਨ ਚੌਕ ਜਿਹੜਾ ਹੈ ਪੁਲਿਸ ਵੱਲੋਂ ਬੰਦ ਕੀਤਾ ਗਿਆ, ਬੈਰੀਕੇਟਿੰਗ ਲਾ ਕੇ ਇੱਕ ਸਾਈਡ ਦੀ ਜਿਹੜੀ ਟ੍ਰੈਫਿਕ ਹੈ ਉਸ ਨੂੰ ਬੰਦ ਕੀਤਾ ਹੋਇਆ, ਕਿਉਂਕਿ ਪਿਛਲੀ ਵਾਰੀ ਵੀ ਜਿਹੜਾ ਬਿਜ਼ਨਸਮੈਨ ਹੈ ਵਪਾਰੀ ਹੈ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀਗਾ ਪੂਰਾ,
ਟ੍ਰਿਬਿਊਨ ਚੌਕ ਜਿਹੜਾ ਰਾਊਂਡ ਅਬਾਊਟ ਹੈ ਉਹ ਬੰਦ ਕਰ ਦਿੱਤਾ ਗਿਆ ਸੀ, ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਇਹਨਾਂ ਨੂੰ ਸਾਈਡ ਕੀਤਾ ਗਿਆ ਤੇ ਇੱਥੇ ਪੂਰੀ ਬੈਰੀਕੇਟਿੰਗ ਲਾ ਕੇ ਇਸ ਨੂੰ ਬੰਦ ਕੀਤਾ ਹੋਇਆ। ਤਸਵੀਰਾਂ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ, ਕਿਉਂਕਿ ਇੰਡਸਟਰੀ ਜਿੰਨੇ ਵੀ ਅੱਜ ਇੰਡਸਟਰੀ ਹੈ ਫੇਜ਼ 1 ਫੇਜ਼ 2 ਅੱਜ ਸਾਰੀ ਮੁਕੰਮਲ ਤੌਰ ਤੇ ਬੰਦ ਕੀਤੀ ਹੋਈ ਹੈ। ਹਾਲਾਂਕਿ ਇੱਥੇ ADC ਪਹੁੰਚੇ ਸੀ, ADC ਨੇ ਪਹੁੰਚ ਕੇ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਹੈ। ਹਾਲਾਂਕਿ ਹੁਣ ਕੁਝ ਸਹਿਮਤੀ ਬਣੀ ਹੈ, ਇਹਨਾਂ ਦੇ ਨਾਲ ਮੀਟਿੰਗ ਦੀ ਗੱਲ ਕੀਤੀ ਹੈ, ਲੇਕਿਨ ਦੂਜੇ ਪਾਸੇ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਜਿਹੜੇ ਸੋਲਿਊਸ਼ਨ ਹੈ, ਕਿਸ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਆਪਸੀ ਮੰਗ ਹੈ ਉਹ ਮੰਨੀ ਜਾਂਦੀ ਹੈ ਨਹੀਂ ਜਾਂਦੀ, ਇਹ ਦੇਖਣਾ ਬਹੁਤ ਅਹਿਮ ਹੋਵੇਗਾ।